ਕਿਸਾਨਾਂ ਦੇ ਹੱਕ ਵਿੱਚ ਆਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੀ ਹਮਾਇਤ ਵਿੱਚ ਆਉਂਦਿਆਂ ਪਦਮ ਵਿਭੂਸ਼ਣ ਪੁਰਸਕਾਰ ਕੇਂਦਰ ਸਰਕਾਰ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਪਦਮ ਵਿਭੂਸ਼ਣ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ। ਵੱਡੇ ਬਾਦਲ ਨੇ ਰਾਸ਼ਟਰਪਤੀ ਨੂੰ ਚਿੱਠੀ ਵਿੱਚ ਲਿਖਿਆ ਕਿ ਕਿਸਾਨਾਂ ਵੱਲੋਂ ਆਪਣੀ ਜਾਇਜ਼ ਮੰਗਾਂ ਤੇ ਕੇਂਦਰ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ ਅਤੇ ਇਸੇ ਕਰਕੇ ਉਹ ਆਪਣਾ ਪਦਮ ਵਿਭੂਸ਼ਣ ਐਵਾਰਡ ਵਾਪਸ ਕਰ ਰਹੇ ਹਨ। ਇਸ ਸੰਬੰਧੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਾਦਲ ਪਰਿਵਾਰ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਤੇ ਬਾਦਲ ਸਾਹਿਬ ਨੂੰ ਮੈਂ ਦੇਖਿਆ ਹੈਗਾ ਕਿ ਪਿਛਲੇ 2 ਮਹੀਨੇ ਚ ਤਾਂ ਜਿਹੜੇ ਵਿਚਲਿਤ ਸੀਗੇ, ਲੇਕਿਨ ਇਹਨਾਂ 6-7 ਦਿਨਾਂ ਤੇ ਜਦੋਂ ਤੋਂ ਇਹਨਾਂ ਨੇ ਟੀਵੀ ਚ ਉਹ ਲਾਠੀਆਂ ਦੇਖੀਆਂ, ਆਸੂ ਦੇ ਬੁਸ਼ਾਰ ਦੇਖੇ, ਕੰਨਾ ਸਿੰਘ ਵਰਗੇ ਕਿਸਾਨਾਂ ਬਾਰੇ ਪਤਾ ਕਿੰਨੇ ਵਿਚਲਿਤ ਬਾਦਲ ਸਾਹਿਬ ਰਹੇ ਨੇ ਕਿ ਉਹਨਾਂ ਦੀ ਹੁਣ 94 ਇਅਰਸ ਉਹਨਾਂ ਦੀ ਉਮਰ ਹੋ ਗਈ ਹੈ ਤੇ ਰੋਜ਼ ਮੈਨੂੰ ਕਹਿੰਦੇ ਬੇਟਾ ਮੈਂ ਵੀ ਜਾਣਾ ਹੈ। ਤੇ ਮੈਂ ਉਹਨਾਂ ਕਹਿੰਦੀ ਡੈਡੀ ਉੱਥੇ ਤੁਸੀਂ ਨਹੀਂ, ਸਿਆਸੀ ਬੰਦੇ ਉਹ ਨਹੀਂ ਚਾਹੁੰਦੇ, ਕਿਸਾਨਾਂ ਦਾ ਅੰਦੋਲਨ ਹੈਗਾ, ਤੁਹਾਡੀ ਸਿਹਤ ਨਹੀਂ ਕਰਦੀ। ਉਹ ਮੈਨੂੰ ਰੋਜ਼ ਪੁੱਛਦੇ ਨੇ ਕਿ ਮੈਂ ਇੱਥੇ ਸਾਰੀ ਉਮਰ ਜਨਾਬ ਮਗਰ ਮੈਂ ਲਾ ਦਿੱਤੀ, ਅੱਜ ਮੈਂ ਘਰੇ ਬੈਠਾ ਮੈਂ ਕੀ ਕਰ ਰਿਹਾ। ਬਿਊਰੋ ਰਿਪੋਰਟ, ਸਾਂਝ ਟੀਵੀ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਰੋਹਿਤ ਗੁਪਤਾ ਪ੍ਰੀਡੀਸ਼ਨ ਜਗੀਰ ਤੋਂ। ਅੱਜ ਅਸੀਂ ਯੂਪੀ ਦਾ ਇੱਕ ਹੋਰ ਵੀ ਜਿਹੜਾ ਤਵਾ ਸਰਵਿਸ ਵਾਲੀ ਰੋਡਾ ਮੈਂ ਮੇਰੇ ਫਰੈਂਡ ਨੇ ਰਿਕਮੈਂਡ ਕੀਤਾ ਸੀ ਉਹ ਫਾਈਲ ਇੱਥੋਂ ਕਿਤੇ ਰਿਜ਼ਰਵੇਸ਼ਨ ਲਵਾਓ ਤੇ ਅੱਜ ਮੇਰਾ ਵੀਜ਼ਾ ਆਇਆ। ਆਈ ਐਮ ਵੈਰੀ ਹੈਪੀ ਐਂਡ ਮਾਈ ਪੇਰੈਂਟਸ ਆਰ ਆਲਸੋ ਹੈਪੀ। ਅਸੀਂ ਇਸ ਪਾਸੇ ਵੀਜ਼ਾ ਦੇ ਨਾਲ ਜਾ ਕੇ ਯੂਕੇ ਸਟੱਡੀ ਕੰਟੀਨਿਊ ਕਰਨ ਲਈ ਬਹੁਤ ਖੁਸ਼ ਹਾਂ ਤੇ ਅਸੀਂ ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਸਟੱਡੀ ਵੀਜ਼ਾ ਇਸ ਵੀਜ਼ਾ ਸਪਾਸੇ ਦੇ ਨਾਲ ਯੂਕੇ ਜਾਣਾ ਚਾਹੁੰਦੇ ਹੋ ਤਾਂ ਇੱਕ ਵਾਰ ਬ੍ਰਿਟਿਸ਼ ਐਜੂਕੇਟ ਜ਼ਰੂਰ ਵਿਜ਼ਿਟ ਕਰਿਓ। ਥੈਂਕ ਯੂ। ਮੈਨੂੰ ਬਹੁਤ ਹੀ ਮੈਂ ਥੈਂਕਫੁਲ ਹਾਂ ਬ੍ਰਿਟਿਸ਼ ਐਜੂਕੇਟ 'ਤੇ ਕਿ ਮੈਨੂੰ ਮੇਰਾ ਵੀਜ਼ਾ ਵਿਦ ਇਨ 5 ਡੇਜ਼ ਮਿਲਿਆ। ਮੈਨੂੰ ਇਹਨਾਂ ਦੀਆਂ ਸਰਵਿਸ ਬਹੁਤ ਵਧੀਆ ਲੱਗੀਆਂ, ਮੇਰੀ ਸਾਰੀ ਪੇਮੈਂਟ ਆਫਟਰ ਵੀਜ਼ਾ ਸੀਗੀ, ਮੈਨੂੰ ਕੋਈ ਵੀ ਇੱਥੇ ਆਪਣੀ ਵੀਜ਼ਾ ਦੀ ਕੋਈ ਪ੍ਰੋਬਲਮ ਨਹੀਂ। ਬੜੀ ਖੁਸ਼ੀ ਵਾਲੀ ਗੱਲ ਆ, ਪ੍ਰਭੂ ਕਿਰਪਾ ਨਾਲ ਅੱਜ ਅਸੀਂ ਯੂਕੇ ਦੇ 12 ਵੀਜ਼ੇ ਲੱਤੇ ਨੇ। ਫਸਟ ਆਫ ਆਲ ਤਾਂ ਮੈਂ ਸਭ ਨੂੰ ਕੰਗ੍ਰੈਸ ਕਰਨਾ ਚਾਹੂੰਗਾ ਆਫਟਰ ਲੋਕਡਾਊਨ। ਹੁਣ ਤੱਕ ਅਸੀਂ 72 ਯੂਕੇ ਸਟੂਡੈਂਟ ਵੀਜ਼ਾ ਲੈ ਚੁੱਕੇ ਨੇ, ਸਾਡਾ ਸਕਸੈਸ ਰੇਟ 100% ਆ। ਜੇਕਰ ਤੁਸੀਂ ਆਪਣੇ ਸਪਾਊਸ ਅਤੇ ਆਪਣੇ ਬੱਚੇ ਨਾਲ ਆਪਣਾ ਫਿਊਚਰ ਯੂਕੇ ਵੀ ਦੇਖ ਰਹੇ ਹੋ ਅਤੇ ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਸਾਡੇ ਆਫਿਸ ਵਿਜਿਟ ਕਰ ਸਕਦੇ ਹੋ।